ਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ ਇੱਕ ਰੈਂਕ ਇੱਕ ਪੈਨਸ਼ਨ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਐਲਾਨ ਦੇ ਨਾਲ ਪਿਛਲੇ 84 ਦਿਨਾਂ ਤੋਂ ਸਾਬਕਾ ਫੌਜੀ ਜਿਹੜੇ ਜੰਤਰ ਮੰਡਲ ਦਿੱਲੀ 'ਤੇ ਹੜਤਾਲ ਤੇ ਬੈਠੇ ਸੀ ਲੱਗਦਾ ਹੈ ਕਿ ਉਹਨਾਂ ਨੂੰ ਰਾਹ ਜ਼ਰੂਰ ਮਿਲੀ ਹੈ ਪਰ ਸਾਰੇ ਮਸਲੇ ਹੱਲ ਨਹੀਂ ਹੋਏ ਜਿਸ ਕਰਕੇ ਉਹਨਾਂ ਨੇ ਆਪਣਾ ਅੰਦੋਲਨ ਵੀ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਇਹ ਵੱਖਰੀ ਗੱਲ ਹੈ ਕਿ ਜਿਹੜੀ ਹਾਕਮ ਤੇ ਰਿਹਾ ਉਸ ਦਾ ਕਹਿਣਾ ਹੈ ਕਿ ਅਸੀਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਹਨ ਜਦੋਂ ਕਿ ਦੇਸ਼ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਸਾਬਕਾ ਫੌਜੀਆਂ ਦੇ ਨਾਲ ਧੋਖਾ ਹੋਇਆ ਔਰ ਘਟੂ ਘਟ 15 ਮਹੀਨੇ ਇਸ ਮਾਮਲੇ ਨੂੰ ਲਟਕਾ ਕੇ ਰੱਖਿਆ ਗਿਆ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਚ ਸਾਡੇ ਨਾਲ ਜਿਹੜੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ ਬਰਗੇਡੀਅਰ ਕਲਦੀਪ ਸਿੰਘ ਕਾਲੋਂ ਜਿਹੜੇ ਪ੍ਰਧਾਨ ਆਲ ਇੰਡੀਆ ਡਿਫੈਂਸ ਬ੍ਰਦਰਸ਼ਹੂਡ ਪੰਜਾਬ ਦੇ ਨੇਤਾ ਨੇ ਸਾਡੇ ਨਾਲ ਦੂਜੇ ਜਿਹੜੇ ਖਾਸ ਮਹਿਮਾਨ ਕਰਨਲ ਸੀਡੀ ਕੰਬੋਜ ਜਿਹੜੇ ਕਿ ਜਿੱਥੇ ਡਿਫੈਂਸ ਮਾਮਲਿਆਂ ਦੇ ਵਿੱਚ ਆਪਣੀ ਮਹਾਰਤ ਰੱਖਦੇ ਆ ਉਹਤੇ ਸਮਾਜਿਕ ਤੇ ਪੋਲੀਟੀਕਲ ਮੁੱਦਿਆਂ ਤੇ ਵੀ ਇਹਨਾਂ ਦੀ ਆਪਣੀ ਵਿਲੱਖਣ ਪਛਾਣ ਹੈ ਮੈਂ ਦੋਨਾਂ ਮਹਿਮਾਨਾਂ ਨੂੰ ਜੀ ਆਖਦਾ ਥੈਂਕ ਯੂ ਬ੍ਰਿਗੇਡੀਅਰ ਸਾਹਿਬ ਜਦੋਂ ਆਪਾਂ ਅੱਜ ਦੀ ਡਿਬੇਟ ਦਾ ਸਸਤਾ ਸ਼ੁਰੂ ਕਰਨ ਲੱਗੇ ਤਾਂ ਸੁਭਾਵਿਕ ਤੌਰ ਤੇ ਜਿਹੜੀ ਪਹਿਲੀ ਗੱਲ ਉੱਠਦੀ ਆ ਉਹ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਜਦੋਂ ਅਨਾਉਂਸ ਕੀਤਾ ਉਹਦੇ 'ਚ ਲੱਗਦਾ ਕਿ ਜਿਹੜੇ ਸਾਬਕਾ ਫੌਜੀ ਅੰਦੋਲਨ ਚ ਲਾ ਰਹੇ ਆ ਜਿਹਦਾ ਮੈਂ ਕਿਹਾ ਕਿ ਜੰਤਰ ਮੰਤਰ ਮੰਤਰ ਤੇ ਬੈਠੇ ਆ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਆ ਉਸ ਐਲਾਨ ਦੇ ਨਾਲ ਸਾਬਕਾ ਫੌਜੀਆ ਨੇ ਕੀ ਖਟਿਆ ਸਾਨੂੰ 1973 ਤੋਂ ਇੱਕ ਰੈਂਕ ਇੱਕ ਪੈਨਸ਼ਨ ਦਾ ਮੁੱਦਾ ਸ਼ੁਰੂ ਹੋਇਆ ਜੀ ਜਿਹੜਾ ਲਗਾਤਾਰ ਕਈ ਕਮੇਟੀਆਂ ਬਣੀਆਂ ਕਈ ਕਮਿਸ਼ਨ ਬਣੇ ਕਈ ਪਾਰਲੀਮੈਂਟ ਕਮੇਟੀਆਂ ਨੇ ਰეკਮੈਂਡੇਸ਼ਨ ਦਿੱਤੀਆਂ ਤੇ ਅਖੀਰ ਤੇ ਆ ਕੇ ਜਦੋਂ ਜਦੋਂ ਦਾ ਸ਼ੁਰੂ ਹੋਈ ਤੇ ਇਹ ਮੁੱਦੇ ਦੇ ਬਾਰੇ ਸਰਕਾਰ ਨੇ ਫੈਸਲਾ ਲਿਆ ਜੀ ਜੀ ਤੇ ਫੈਸਲਾ ਤਾਂ ਲਿਆ ਕਿ ਪਿਛਲੇ ਤਕਰੀਬਨ 3 ਮਹੀਨਿਆਂ ਤੋਂ वैसे तो जब 2008 ਤੋਂ ਇਹ ਇੰਡੀਅਨ ਐਕਸਰਸਮੈਨ ਮੂਵਮੈਂਟ ਨੇ ਜੋ ਜਨਮ ਲਿਆ ਮਤਲਬ ਫੌਜੀਆਂ ਨੇ ਪਹਿਲੀ ਵਾਰੀ ਸਿੱਖਿਆ ਕਿ ਐਦਾਂ ਸਿੱਧੀ 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 ਉਂਗਲ ਨਾ ਘੀਰੀ ਨਿਕਲਣਾ ਜੀ ਜੀ ਤੇ ਫਿਰ ਸੜਕਾਂ ਦੇ ਉੱਤਰਨਾ ਸ਼ੁਰੂ ਕੀਤਾ ਓਕੇ ਹੁਣ ਜਦੋਂ ਇਹ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਨਕਾ ਮੰਤਰੀ ਦੇ ਜ਼ਰੀਏ ਜੀ ਜੀ ਜੋ ਘੋਸ਼ਣਾ ਕੀਤੀ ਪ੍ਰਧਾਨ ਮੰਤਰੀ ਦੀ ਬਾਤ ਹੀ ਗੱਲ ਆਉਂਦੀ ਹੈ ਖੈਰ ਉਹ ਤੇ ਪ੍ਰਵਾਨਗੀ ਲੈਣ ਤੋਂ ਬਾਅਦ ਹੀ ਜੀ ਜੀ ਉਹ ਤੇ ਸਮੁੱਚੇ ਤੋਂ ਗਵਰਨਮੈਂਟ ਰਿਸਪੋਨਸਿਬਲ ਉਹ ਤੇ ਸਰਕਾਰ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੀ ਜੀ ਜੀ ਉਹਦੇ ਵਿੱਚ ਤਿੰਨੇ ਹਥਿਆਰਬੰਦ ਸਨਾਵਾ ਦੇ ਮੁਖੀ ਬੈਠੇ ਸਨ ਹਮ ਉਸ ਤੋਂ ਬਾਅਦ ਪਹਿਲੋ ਸਾਡੇ ਕੁਝ ਪ੍ਰਤੀਨਿਧੀਆਂ ਜਿਹੜੇ ਕਿ ਸਾਡੀ ਸਾਂਝਾ ਫਰੰਟ ਬਣਿਆ ਇੱਕ ਹਮ ਫੌਜੀ ਦਾ ਜੀ ਉਹਦੇ ਨਾਲ ਗੱਲਬਾਤ ਵੀ ਹੋਣ ਤੋਂ ਬਾਅਦ ਹੂੰ ਕੁਝ ਇੱਕ ਗੱਲਾਂ ਸਾਹਮਣੇ ਆਈਆਂ ਔਰ ਉਹ ਫੈਸਲਾ ਇਹ ਹੋਇਆ ਕਿ ਇੱਕ ਰੈਂਕ ਇੱਕ ਪੈਨਸ਼ਨ ਨੂੰ ਲਾਗੂ ਕਰਨ ਦਾ ਫੈਸਲਾ ਸੁਨਾਇਆ ਹੋਣਾ ਜੀ ਜੀ ਉਹ ਫੈਸਲਾ ਸੁਣਾਉਣ ਦੇ ਨਾਲ ਹੂੰ ਇੱਕ ਵੱਡੀ ਗੱਲ ਉਹਨਾਂ ਨੇ ਕਹੀ ਕਿ ਇਹ ਜਿਹੜਾ ਸਿਧਾਂਤ ਹੈ ਹੂੰ ਇਹ ਜਿਹੜੇ VRS ਹੂੰ ਜਿਹੜੇ ਵਲੰਟੀਅਰ ਰਿਟਾਇਰਡ ਜੀ ਜੀ ਜੋ ਕਿ ਫੌਜ ਦੇ ਵਿੱਚ ਇਹ ਕੋਈ ਸਿਧਾਂਤ ਹੈ ਹੀ ਨਹੀਂ ਅਸੂਲ ਹੈ ਹੀ ਨਹੀਂ ਜੀ ਠੀਕ ਹੈ ਇਹ ਬਾਕੀ ਪ੍ਰਾਈਵੇਟ ਧਾਰਿਆਂ ਚ ਸਰਕਾਰੀ ਧਾਰਿਆਂ ਚ ਹੈ ਮਹਿਕਮੇ ਚ ਹੈ ਕਮਸਿਕਾ ਮਿਲਟਰੀ ਜਿੱਦਾਂ ਦਾ ਕੋਈ ਸਿਸਟਮ ਨਹੀਂ ਮਿਲਟਰੀ ਜਿਹੜਾ ਹੈਗਾ ਕਿ ਪ੍ਰੀ ਮੈਚੁਰ ਰਟਾਇਰਮੈਂਟ ਓਕੇ ਸੋ ਵਿੱਚ ਕੋਈ ਪ੍ਰੋਬਲਮ ਹੋ ਗਈ ਕੋਈ ਮਨ ਲੈ ਜਾਏ ਵਿਅਕਤੀ ਸੁਪਰਸੀਡ ਹੋ ਗਿਆ ਉਹ ਜੂਨੀਅਰ ਦੇ ਥੱਲੇ ਕੰਮ ਨਹੀਂ ਕਰਨਾ ਚਾਹੁੰਦਾ ਉਹ ਜਾਣਾ ਚਾਹੁੰਦਾ ਬਟ ਮਿਨਿਮਮ ਸਰਵਿਸ ਪੈਨਸ਼ਨੇਬਲ ਸਰਵਿਸ ਜਿੱਦਾਂ ਅਫਸਰ ਵਾਸਤੇ 20 ਸਾਲ ਜਵਾਨ ਵਾਸਤੇ 15 ਸਾਲ 17 ਸਾਲ ਇਹਦਾ ਉਹ ਕਰਨ ਤੋਂ ਬਾਅਦ ਜੀ ਉਹ ਕਿਸੇ ਵੀ ਕਾਰਨ ਕਰਕੇ ਹੋਵੇ ਪਰਿਵਾਰਕ ਕਾਰਨ ਕਰਕੇ ਹੋਵੇ ਤੇ ਉਹਨੂੰ ਪੈਨਸ਼ਨ ਮਿਲਦੀ ਸੀ ਅੱਜ ਤੱਕ ਮਿਲਦੀ ਹੈ ਜੀ ਇਹਨਾਂ ਨੇ ਕਿਹਾ ਕਿ ਇਹਦਾ ਵੀ ਤੇ ਲਾਭ ਉਹਨਾਂ ਨੂੰ ਨਹੀਂ ਦਿੱਤਾ ਜਾਏ ਓਕੇ ਇਹ ਬੜੀ ਵੱਡੀ ਗੱਲ ਸੀ ਜਿਹੜੀ ਉਹਦੇ ਵਿੱਚ ਬਹੁਤ ਵੱਡੀ ਗੱਲ ਤਕਰੀਬਨ 46% ਤੋਂ 50% ਤੇ ਕਰ ਸਾਡੇ ਉਹੋ ਜਿਹੇ ਜਵਾਨ ਤੋਂ ਲੈ ਕੇ ਅਫਸਰਾਂ ਤੇ ਕਰ ਹੈਗੇ ਨੇ ਜੀ ਜਿਹੜੇ ਕਿ ਪ੍ਰੀਮਚੋਰ ਆਏ ਕਈ ਕਾਰਨ ਕਰਕੇ ਜਦੋਂ ਅਗਲਾ ਦੇਖਦਾ ਕੋਈ ਮੇਰਾ ਭੇਖ ਨਹੀਂ ਇੱਕ 17 ਸਾਲ ਨੌਕਰੀ ਤੋਂ ਬਾਅਦ ਉਹਨੇ ਕੋਈ ਆਪਣੇ ਮੋੜੂ ਸੇ ਪੇਦਾ ਸਾਧਨ ਬਣਾਉਣਾ ਹੈ ਜੀ ਤੋ ਆਗੇ ਕਈ ਕਾਰਨ ਕਰ ਮੈਡੀਕਲ ਹੋ ਸਕਦਾ ਕੁਝ ਜੀ ਜੀ ਉਹ ਇਨੀ ਵੱਡੀ ਗਿਣਤੀ ਜਦੋਂ ਅਸੀਂ ਸੋਚਿਆ ਤੇ ਸਭ ਤੋਂ ਵੱਡਾ ਤੱਕਾ ਸਾਨੂੰ ਉਦੋਂ ਲਗਾ ਜੀ ਜਿੰਕੇ ਉੱਥੇ ਖੁਸ਼ੀ ਵੀ ਹੋਈ ਜਿਹੜੇ ਵਿੱਚ ਕੋਈ ਇਹੋ ਜਿਹੇ ਸਨ ਜਿਹੜੇ ਕਿ ਸਰਕਾਰ ਦੇ ਬੜੇ ਜਹੇਤੇ ਉਹਨਾਂ ਨੇ ਇਹ ਵੀ ਕਿ ਕਿਸੇ ਹੱਦ ਤੱਕ ਕੋਈ ਗੱਲ ਚਲੋ ਸੀਮਿਤ ਹੱਦ ਤੱਕ ਮੰਨੀ ਵੀ ਗਈ ਜਿਹੜੀ ਮੰਨੀ ਗਈ ਲਾਗੂ ਕਰਨ ਦਾ ਸਿਧਾਂਤ ਜਿਹੜਾ ਸੀ ਉਹ ਠੀਕ ਐ ਸੀ ਸਵਾਗਤ ਕੀਤਾ ਉਹਦਾ ਜੀ ਜੀ ਔਰ ਸਭ ਤੋਂ ਵੱਡਾ ਕਦਮ ਪਹਿਲਾ ਇਹ ਚੁੱਕਿਆ ਕਿ ਜਿਹੜੇ ਮਰਨ ਵਰ ਤੇ ਬੈਠੇ ਸੀ ਉਹ ਅਸੀਂ ਸਮਾਪਤ ਕਰਤਾ ਗਿਆ ਮਗਰ ਇਹ ਚ ਦੂਜੀ ਵੱਡੀ ਗੱਲ ਇਹ ਨਾ ਪਾਤੀ ਕਿ ਜਿਹੜੀ ਪੈਨਸ਼ਨ ਵਧੇਗੀ ਹੁਣ ਜਿਹੜੀ ਕੁਸ਼ਿਆਰੀ ਪਟੀਸ਼ਨ ਕਮੇਟੀ ਐਕਚੁਅਲੀ ਉਹ ਰਾਜ ਸਭਾ ਪਟੀਸ਼ਨ ਕਮੇਟੀ ਕਹਿੰਦੀ ਕਿਉਂਕਿ ਉਹਦਾ ਚੇਅਰਮੈਨ ਭਗਤ ਸਿੰਘ ਕੁਸ਼ਿਆਰੀ ਸੀ ਉਹਦਾ ਨਾਂ ਪੈ ਗਿਆ ਓਕੇ ਓਕੇ ਉਹਦੀ ਰਿਪੋਰਟ 19 ਦਸੰਬਰ 2011 ਨੂੰ ਰਾਜ ਸਭਾ 'ਚ ਰੱਖੀ ਉਹਦੇ 'ਚ ਪਰਿਭਾਸ਼ਾ ਬੜੀ ਕਲੀਅਰ ਸੀ ਇੱਕੋ ਰੈਂਕ ਦੇ ਦੋ ਭਾਵੇਂ ਹੌਲਦਾਰ ਹੋਏ ਜਾਂ ਅਫਸਰ ਹੋਏ ਇੱਕੋ ਜਿਹੇ ਸਮੇਂ ਵਾਸਤੇ ਨੌਕਰੀ ਕਰਦੇ ਨੇ ਓਕੇ ਉਹਨਾਂ ਨੂੰ ਇੱਕੋ ਜਿਹਾ ਵਿੱਤੀ ਲਾਭ ਇੱਕੋ ਜਿਹੀ ਪੈਨਸ਼ਨ ਹੋਣੀ ਚਾਹੀਦੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਪੈਨਸ਼ਨ ਮੌਜੂਦਾ ਜਿਹੜੇ ਹੁਣ ਜਾਂਦੇ ਨੇ ਕਰੰਟ ਜੀ 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 ਉਹਨਾਂ ਦੀ ਵਾਧੇ ਤੇ ਇਹਨਾਂ ਦੀ ਵਾਧੇ ਇਹ ਸਿਧਾਂਤ ਨੂੰ ਮੱਧੇ ਨਾਲ ਰੱਖਦੇ ਆ ਹੋਇਆ ਐਕਚੁਅਲੀ ਪਹਿਲੀ ਵਾਰੀ ਫੈਸਲਾ 17 ਫਰਵਰੀ 2014 ਨੂੰ ਯੂਪੀਏ ਸਰਕਾਰ ਨੇ ਪਾਰਲੀਮੈਂਟ ਚ ਅਨਾਉਂਸ ਕਰਾਇਆ 500 ਕਰੋੜ ਰੁਪਏ ਵੇ ਰੱਖਿਆ ਹੁਣ ਇਹਨਾਂ ਨੇ ਕਹਿਤਾ ਜਿਹੜੀ ਮੌਜੂਦਾ ਜਿਹੜੀ ਆਪਾਂ ਗੱਲ ਕਰਦੇ ਆਂ ਕਿ ਉਹਦੇ ਚ ਫਿਰ ਕੀ ਖਾਮੀ ਰਹੇਗੀ ਉਹ ਖਾਮੀ ਉਹ ਰਹਿ ਗਈ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਪੈਨਸ਼ਨ ਵਧੇਗੀ ਉਹ 5 ਸਾਲਾਂ ਬਾਅਦ ਵਧੇਗੀ ਜਿਹੜਾ ਕਿ ਆਪਾਂ ਨੂੰ ਮਨਜ਼ੂਰ ਨਹੀਂ ਸੀ ਉਹ ਮਨਜ਼ੂਰ ਨਹੀਂ ਮਨਜ਼ੂਰ ਕਿਵੇਂ ਹੋ ਸਕਦਾ ਜਦੋਂ ਕਿ ਹੁਣ ਜਿਹੜੀ ਜਿਹੜਾ ਹੁਣ ਰਿਟਾਇਰ ਹੋ ਗਿਆ ਜਦੋਂ ਉਹ ਪ੍ਰਭਾਸ਼ਨ ਨਤਾ ਲਿਆ ਕਿਉਂਕਿ ਉਹਦੇ ਨਾਲ ਜੁੜਿਆ ਕਿ ਜੇ ਜਿਹੜਾ ਵੀ ਜਦੋਂ ਕਰੰਟ ਪੈਨਸ਼ਨਰ ਨੇ ਜਿਉਂ ਜਿਉਂ ਉਹਨਾਂ ਦੀ ਵਧੇਗੀ ਤੂੰ ਪਿਛਲਿਆਂ ਦੀ ਵਧੇ ਓਕੇ ਓਕੇ ਅਨੋਮਲੀ ਤੇ ਹੋਈ ਸੀ ਓਕੇ ਬ੍ਰਿਟਿਸਮ ਇਸ ਮੁੱਦੇ ਤੇ ਕਨਸਿਡੀ ਕੰਬੋ ਜਿਹੜਾ ਇਹਨਾਂ ਦਾ ਕਹਿਣਾ ਕਿ ਬੇਸ਼ੱਕ ਅਨਾਉਂਸ ਕੀਤਾ ਗਿਆ اور بڑی بڑی ਗੱਲਾਂ ਵਨ ਰੈਂਕ ਵਨ ਪੈਨਸ਼ਨ ਦੀ ਲੰਬੇ ਸਮੇਂ ਤੋਂ ਆਲਮੋਸਟ ਇਹ ਕਿਹਾ ਜਾ ਰਿਹਾ ਕਿ 40 45 ਸਾਲ ਤੋਂ ਇਸ ਗੱਲ ਨੂੰ ਲੈ ਕੇ ਜਿਹੜੇ ਸਾਬਕਾ ਫੌਜੀ ਲੜਦੇ ਆ ਰਹੇ ਸੀ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ ਉਹਦੇ ਜਿਹੜੀਆਂ ਖਾਮੀਆਂ ਰਹਿ ਗਈਆਂ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਜੋ ਕੁਝ ਅਨਾਉਂਸ ਕੀਤਾ ਗਿਆ ਤਸੱਲੀ ਨਹੀਂ ਹੋਈ ਸਾਬਕਾ ਫੌਜੀਆਂ ਦੀ ਦੇਖੋ ਜੀ ਤਸੱਲੀ ਨਹੀਂ ਹੋਈ ਤਾਂ ਹੀ ਤਾਂ ਫੌਜੀਆਂ ਨੇ ਜਿਹੜਾ ਹੈ ਆਪਣੀ ਐਜੀਟੇਸ਼ਨ ਵਾਪਸ ਨਹੀਂ ਲਈ ਜੀ ਜੇ ਤਸੱਲੀ ਹੋਈ ਤਾਂ ਮੰਗਤ ਤਾਂ ਵਾਪਸ ਲਿਆ ਨਾ ਮਰਨ ਵਰਤ ਵਾਪਸ ਲਿਆ ਜਿੰਨ ਇੱਕ ਪੰਜਾਬੀ ਦੀ ਕਹਾਵਤ ਹੈ ਸਿੱਧੂ ਸਾਹਿਬ ਹਮ ਕਿ ਬੱਕਰੀ ਦੁੱਧੰਦੀ ਮੇਂਗਣਾ ਪਾ ਕੇ ਇਹ ਮੇਂਗਣਾ ਪਾ ਪਾ ਕੇ ਦੁੱਧ ਦਿੱਤੇ ਹੈਗਾ ਔਰ ਇਹ ਦਿੱਤਾ ਵੀ ਕਿਉਂ ਦੇਖੋ ਜਿਹੜੀ ਗੱਲ ਪਹਿਲਾਂ ਬ੍ਰਿਗੇਡੀਅਰ ਸਾਹਿਬ ਨੇ ਗੱਲ ਕੀਤੀ ਮੈਂ ਉੱਥੋਂ ਸ਼ੁਰੂ ਕਰਦਾ ਜੀ ਵੀ ਆਰ ਐਸ ਦੀ ਹਮ ਵਲੰਟਰੀ ਰਟੈਕਸ ਸਕੀਮ ਉਹਦੇ ਚ ਕੀ ਹੁੰਦਾ ਹੈ ਕਿ ਜਿਹੜੇ ਬੈਂਕ ਅੰਪਲਾਈਜ਼ ਨੇ ਕੋਰਪੋਰੇਟ ਸੈਕਟਰ ਨੇ ਪੀ ਐਸ ਯੂਜ਼ ਨੇ ਉਹਨਾਂ ਨੂੰ ਉਹ ਫੌਜ मतलब ਉਹ ਆਪਣੀ ਸਰਵਿਸ ਪੂਰੀ ਨਹੀਂ ਕਰਨੀ ਚਾਹੁੰਦੇ ਗਵਰਨਮੈਂਟ ਇੱਕ ਸਕੀਮ ਰੱਤੀ ਕਿ ਤੁਹਾਨੂੰ ਲਮਸਮ 5 ਲੱਖ 10 ਲੱਖ 20 ਲੱਖ 40 ਲੱਖ ਜਿੰਨਾ ਬਣਦਾ ਉਹ ਇੱਕ ਲੈ ਲਓ ਤੇ ਤੁਹਾਨੂੰ ਪੈਨਸ਼ਨਲ ਜਾਣਾ ਚਾਹੁੰਦੇ ਬਾਹਰ ਤਾਂ ਸਕਦੀ ਤੇ ਪਰ ਉਹਨੂੰ ਲਮਸਮ ਪੈਸਾ ਦਿੱਤਾ ਜਾਂਦਾ ਤੇ ਤੁਸੀਂ ਚਲੇ ਜਾਗੇ ਬਿਲਕੁਲ ਐਸੀ ਮੈਂ ਜਦੋਂ ਕਮਿਸ਼ਨ ਲਿਆ ਤਾਂ ਸਰਵਿਸ ਰੂਲ ਦੇ ਮੁਤਾਬਕ ਮੈਂ 20 ਸਾਲ ਬਾਅਦ ਪੈਨਸ਼ਨ ਦੀ ਡਿਮਾਂਡ ਕਰ ਸਕਦਾ ਸੀ ਰੂਲ ਚੇਅਰ ਮੈਂ ਉਸ ਦੇ ਹੇਠਾਂ ਦਸਕਤ ਕਰਕੇ ਫੌਜ ਜੁਆਇਨ ਕੀਤੀ ਜੀ ਜੀ ਰਾਈਟ 20 ਸਾਲ ਬਾਅਦ ਮੈਂ ਆਪਣੇ ਪੇਪਰ ਮੈਂ ਐਪਲੀਕੇਸ਼ਨ ਦਿੱਤੀ ਜੀ ਕਿ ਮੇਰੇ ਘਰ ਪ੍ਰੋਬਲਮ ਹੈ ਮੈਂ ਜਾਣਾ ਚਾਹੁੰਦਾ ਜੀ 1 ਸਾਲ 5 ਮਹੀਨੇ ਮੈਨੂੰ ਪਰਮਿਸ਼ਨ ਨਹੀਂ ਮਿਲੀ 1 ਸਾਲ 5 ਮਹੀਨੇ ਬਾਅਦ ਪਰਮਿਸ਼ਨ ਮਿਲੀ ਮਤਲਬ ਗਵਰਨਮੈਂਟ ਨੇ ਮੇਰੀ ਅਰਜ਼ੀ ਨੂੰ 1.5 ਸਾਲ ਲਾਇਆ ਮਨਜ਼ੂਰ ਕਰਨ ਲਈ ਜੀ ਜੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ ਉਹ ਕਿਉਂ ਉਹਨਾਂ ਨੇ ਮੈਨੂੰ ਲੋਕ ਕਿਤਾਬ ਕਹਾਦਾ ਉਹਨਾਂ ਨੇ ਉਹਨਾਂ ਨੇ ਜਦੋਂ ਮੈਨੂੰ ਪਰਮਿਸ਼ਨ ਦਿੱਤੀ ਔਰ ਮੇਰਾ ਹੱਕ ਸੀ ਸਰਵਿਸ ਰੂਲ ਦੇ ਮਤਾਵੇ ਕਿ ਮੈਨੂੰ ਪੈਨਸ਼ਨ ਵਿਲ ਨਹੀਂ ਸੀ ਜੀ ਇਦਾਂ ਦਾ ਕਦੇ ਕੋਈ ਸਵਾਲ ਨਹੀਂ ਸੀ ਕਦੇ ਕੋਈ ਕੁਐਸਚਨ ਨਹੀਂ ਸੀ ਪਿਛਲੇ ਕਿੰਨੀ ਦੇਰ ਤੋਂ ਵੈਜੀਟੇਸ਼ਨ ਚੱਲ ਰਹੀ ਸੀ 42 ਸਾਲ ਤੋਂ ਇਹ ਕਦੇ ਇਸ਼ੂ ਆਇਆ ਹੀ ਨਹੀਂ ਆਲ ਆਫ ਅ ਸੱਡਨ ਇਸ਼ੂ ਆ ਕੇ ਥੋ ਗਿਆ ਤੇ ਆਇਆ ਕਿਉਂ ਉਹ ਕਿਉਂਕਿ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਰਨ ਕਹ ਲਉ ਅਸੀਂ ਆਪਣੇ ਬਰਗਰੀਸਮ ਮਤ ਜਾਨਣਾ ਚਾਹੁੰਨਾ ਆਪਣੇ ਦਰਸ਼ਕਾਂ ਦੇ ਲਈ ਕਿ ਜੋ ਅਨਾਉਂਸ ਕੀਤਾ ਗਿਆ ਪ੍ਰਾਈਮ ਮਿਨਿਸਟਰ ਵੱਲੋਂ ਜਿੱਦਾਂ ਇਹਨਾਂ ਨੇ ਕਿਹਾ ਕਿ ਬਿਲਕੁਲ ਸਹੀ ਹੈ ਪਹਿਲਾਂ ਨਹੀਂ ਸੀ ਬਾਦ ਇਹ ਚੀਜ਼ ਤੋਂ ਫਰੀਦাবাদ ਆਏ ਉੱਥੇ ਨੇ ਅਨਾਉਂਸ ਕੀਤਾ इवन ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ 2 ਯੀਅਰਸ ਨੂੰ ਵੀ ਇਨਕਲੂਡ ਕਰਾਂਗੇ ਕਮੇਟੀ ਬਣਾਈ ਉਹ ਸਾਰਾ ਕੁਝ ਇਹਨਾਂ ਮੁੱਦਿਆਂ ਤੇ ਹੁੰਨੇ ਆ ਇਹਦੇ ਨਾਲ ਕੁਝ ਅੰਦਾਜ਼ਾ ਹੈ ਕਿ ਕਿੰਨੇ ਇੱਕ ਬੈਨੀਫਿਟ ਮਿਲੇ ਜੇ ਆਪਾਂ ਗਵਰਨਮੈਂਟ ਵਾਲ ਜਿਹੜੇ ਪਾਸੇ ਜੋ ਨਹੀਂ ਲਾਗੂ ਹੋਇਆ ਤਾਂ ਜੋ ਲਾਗੂ ਹੋਇਆ ਕਿੰਨਾ ਕੁ ਬੈਨੀਫਿਟ ਆ ਉਹਦੇ ਨਾਲ ਨਹੀਂ ਇਹ ਚ ਹੋਰ ਹੀ ਦੋ ਦਿਨ ਪੁਆਇੰਟ ਨੇ ਜੀ ਇੱਕ ਤੇ ਕਿ ਇਹਨਾਂ ਨੇ ਕਿਹਾ ਕਿ ਜਿਹੜੀ ਪੈਨਸ਼ਨ ਜਿਹੜੀ ਹੈ ਨਾ ਉਹ ਐਵਰੇਜ ਪੈਨਸ਼ਨ ਲਈ ਜੇ ਇੱਕ ਸਲੈਬ ਹੁੰਦਾ ਹਰ ਇੱਕ ਰੈਂਕ ਦਾ ਪੈਨਸ਼ਨ ਦਾ ਹੂੰ ਜਿੱਤੇ ਹਮਲ ਪੈਨਸ਼ਨ ਹੁੰਦੀ ਹੈ ਨਿਰਧਾਰਤ ਜਿਹੜੀ ਤੁਸੀਂ ਤਨਖਾਹ ਦਾ ਆਖਰੀ ਤਨਖਾਹ ਦੇ ਪੈਨਸ਼ਨ ਵਾਲੇ ਮੁੱਦੇ ਤੇ ਬੜਾ ਇੰਪੋਰਟੈਂਟ ਮਾਮਲਾ ਹੈ ਪਰ ਮੇਰੀ ਮਾਜ਼ੂਰੀ ਹੈ ਵਕਤਾਂ ਇੱਕ ਛੋਟੇ ਜਿਹੇ ਬ੍ਰੇਕ ਦਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ ਵਨ ਰੈਂਕ ਵਨ ਪੈਨਸ਼ਨ ਦੇ ਮੁੱਦੇ ਦੇ ਪ੍ਰਾਈਮ ਮਿਨਿਸਟਰ ਨੇ ਜੋ ਅਨਾਉਂਸ ਕੀਤਾ ਸਾਬਕਾ ਫੌਜੀਆਂ ਨੂੰ ਸਾਰੀਆਂ ਗੱਲਾਂ ਕਿਉਂ ਨਹੀਂ ਪ੍ਰਵਾਨ ਹੋ ਗਈਆਂ ਕਈ ਅਹਿਮ ਸਵਾਲ ਹੈ ਜਿਹੜੇ ਹੁਣ ਅਸੀਂ ਆਪਣੇ ਮਹਿਮਾਨਾਂ ਨਾਲ ਸਾਂਝੇ ਕਰਾਂਗੇ ਬ੍ਰੇਕ ਦੇ ਬਾਅਦ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੋੜ ਇੱਕ ਵਾਰ ਸਵਾਗਤ ਹੈ ਬ੍ਰੀਟ ਸਾਬ ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਕਿ ਵੀ ਇਹਨਾਂ ਮੁੱਦਿਆਂ ਦੇ ਪੈਨਸ਼ਨ ਦਾ ਇਸ਼ੂ ਜਾਂ ਹੋ ਰਿਹਾ ਹੈ ਸਰਕਾਰ ਨੇ ਇਹ ਵੀ ਕੀਤਾ ਕਿ ਇੱਕ ਮੈਂਬਰੀ ਜੁਡੀਸ਼ੀਅਲ ਕਮਿਸ਼ਨ ਵੀ ਬਿਠਾਇਆ ਜਿਹਦੇ ਚ ਤੁਹਾਡੀ ਮੰਗ ਹੈ ਕਿ ਨਹੀਂ ਇੱਕ ਨੀਸਾਬਕਾ ਫੌਜੀ ਵਿੱਚ ਸ਼ਾਮਲ ਕੀਤੇ ਜਾਣੇ ਚਾਹੀਦੇ ਆ ਸਾਰੇ ਇਸ਼ੂ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿ ਉਹਦੇ ਤੇ ਕਿੱਥੇ ਮਤ ਪੇਦਨੇ ਆ ਜੀ ਉਹ ਮਤ ਪੇਦ ਇਸ ਕਰਕੇ ਹੈਗੇ ਨੇ ਕਿਉਂਕਿ ਕੁਝ ਇੱਕ ਮੁੱਦੇ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਇਹਨਾਂ ਨੇ ਉਲਝਾਏ ਨੇ ਇਹਨੂੰ ਸਿੱਧਾ ਕਰਨਾ ਤੇ ਸਿਰਫ ਇੱਕ ਮੈਂਬਰ ਜੁਡੀਸ਼ੀਅਲ ਕਮਿਸ਼ਨ ਬਿਠਾ ਕੇ ਗੱਲ ਨਹੀਂ ਬੰਨੀ ਉਹੋ ਤੇ ਗੱਲ ਸਾਡਾ ਰੇੜਕਾ ਤੇ ਇਹੋ ਹੀ ਹੈ ਜਦੋਂ ਪੇ ਕਮਿਸ਼ਨ ਬੈਠਦਾ ਹੈ ਫੌਜੀ ਨੂੰ ਨੁਮਾਇੰਦਾ ਲੈਂਦੇ ਨਹੀਂ ਜਿਹਨਾਂ ਨੂੰ ਅਸਲੀ ਦੱਸ ਲੈ ਪਸੀਬਤਾ ਕੀ ਨੇ ਅੱਜ ਕੀ ਹੋ ਰਿਹਾ ਇੱਥੇ ਜੇ ਐਨ ਕੇ ਜਾਂ ਕਿਤੇ ਵੀ ਪੂਰੇ ਦੇਸ਼ ਦੇ ਬਾਰਡਰ ਤੇ ਉਹ ਚੀਜ਼ ਦੱਸਣ ਵਾਸਤੇ ਅਸੀਂ ਕਿਹਾ ਕਿ ਜਿਹੜੀਆਂ ਨਾਰਮਲੀ ਦੂਰ ਕਰਨੀਆਂ ਨੇ ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਐਵਰੇਜ ਪੈਨਸ਼ਨ ਲੈ ਲਓ ਜੀ ਹਾਈਸਟ ਲੋਅ ਦਾ ਸਲੈਬ ਜਦੋਂ ਕਿ ਹਾਈਸਟ ਪੇ ਦਾ 50% ਹੁੰਦਾ ਫਿਰ ਇਹਨਾਂ ਨੇ ਕਿਹਾ ਕਿ ਬੇਸイヤー ਜਿਹੜਾ ਅਸੀਂ ਕਿਹਾ 2014 ਹੋਏ ਜਾਂ 2013 ਕੈਲੰਡਰイヤー ਫਿਰ ਕਿਹਾ ਲਾਗੂ ਜਦੋਂ ਪਹਿਲੀ ਵਾਰੀ ਪਾਰਲੀਮੈਂਟ ਚ ਹੋ ਚੁੱਕਿਆ ਪਹਿਲੀ ਅਪ੍ਰੈਲ uh, 2014 ਚੋ ਇਹ ਕਹਿੰਦੇ ਨੇ ਜੁਲਾਈ ਚੋ ਇਹੋ ਜਿਹੇ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਵੱਡੀਆਂ ਬਣ ਜਾਂਦੀਆਂ ਨੇ ਜੀ ਫਿਰ ਉਹ ਜਿਹੜੇ ਨੇ ਉਹਦੇ ਵਾਸਤੇ ਸੁਲਝਾਉਣ ਵਾਸਤੇ ਇਹਨਾਂ ਨੇ ਕਿਹਾ ਕਿ ਉਹ ਤੇ ਟਰਕਾਉਣ ਵਾਲੀ ਗੱਲ ਹੈ ਕਿਉਂਕਿ ਉਹਦੇ ਵਿੱਚ ਇਕੱਲਾ ਹੀ ਹੈ ਤੇ ਉਹਨੇ ਤਾਂ ਉਹੀ ਭਾਸ਼ਾ ਬੋਲਣੀ ਹੈ ਜਿਹੜੀ ਕਿ ਦੋ ਸਰਕਾਰ ਚਾਹੁੰਦੀ ਹੈ ਤੇ ਉੱਥੇ ਅਸੀਂ ਅੜੇ ਆ ਕਿ ਪਹਿਲੋ ਨੋਟੀਫਿਕੇਸ਼ਨ ਕਰੋ ਸਾਡੇ ਮੈਂਬਰ ਲੋ ਤਿੰਨ ਮੈਂਬਰ ਲਓ ਤੇ ਇੱਕ ਸਰਵਿੰਗ ਲਓ ਇੱਕ ਉਹਦਾ ਨੁਮਾਇੰਦਾ ਲਓ ਡਿਫੈਂਸ ਮਿਨਿਸਟਰ ਦਾ ਪਾਰਟੀ ਮੈਂਬਰ ਕਮੇਟੀ ਹੋਵੇ ਤਾਂ ਕਿ ਪੂਰੇ ਸਚਾਰੂ ਢੰਗ ਨਾਲ ਉਹਦਾ ਡਿਟੇਲ ਚ ਜਾ ਕੇ ਇਨ ਡੈਪਥ ਉਹਦੀ ਰੀਪੋਰਟ ਸਾਹਮਣੇ ਆ ਸਕੇ ਤਾਂ ਕਿ ਬਾਅਦ ਚ ਕੋਈ ਐਨੋਮਲੀ ਨਾ ਰਹੇ ਓਕੇ ਓਕੇ ਕਹਣਾ ਜਿਦਾ ਇਹਨਾਂ ਦਾ ਕਹਿਣਾ ਹੈਗਾ ਕਿ ਵੀ ਵਨ ਮੈਂਬਰ ਜਿਹੜਾ ਕਮਿਸ਼ਨ ਹੈ ਸਾਨੂੰ ਮਨਜ਼ੂਰ ਨਹੀਂ ਹੈਗਾ ਉਹਦੀ ਰਿਪੋਰਟ ਤਾਂ ਕਿ ਸਾਬੂਤਾ ਜੋ ਸਦੀ ਆ ਜਾ ਸਰਕਾਰ ਆਪਣੇ ਤਰੀਕੇ ਨਾਲ ਕਰਵਾ ਸਕਦੀ ਹੈ ਤੁਸੀਂ ਕਿਦਾਂ ਚਾਹੁੰਦੇ ਹੋ ਕਿ ਕਿਸ ਤਰੀਕੇ ਦਾ ਸਿਸਟਮ ਹੋਣਾ ਚਾਹੀਦਾ ਤਾਂ ਕਿ ਜਿਹੜੇ ਸਾਬਕਾ ਫੌਜੀ ਅਸਲੇ ਅੰਦੋਲਨ ਕਰ ਰਹੇ ਹੈ ਕੋਟਾ ਕੋਟਾ ਅੰਦੋਲਨ ਤੋਂ ਰਿਸਪੈਕਟਫੁਲੀ ਆਪਣੇ ਘਰਾਂ ਚਲੇ ਜਾਣ ਸਿੱਧੂ ਸਾਹਿਬ ਇਸ ਮੁੱਦੇ ਤੇ ਚਲੋ ਪਹਿਲਾਂ ਮੈਂ ਇਸ ਗੱਲ ਦਾ ਜਵਾਬ ਦੇ ਦਿੰਨਾ ਹੈਗਾ ਦੇਖੋ ਇਹ ਡਿਲੇ ਟੈਕਟਿਕਸ ਨੇ ਜੀ ਪਹਿਲੀ ਗੱਲ ਮੰਨ ਦੱਸੋ ਕਿ ਇਸ ਮੁੱਦੇ ਨੂੰ 6 ਮਹੀਨੇ ਕਿਉਂ ਚਾਹੀਦੇ? ਹੂੰ। ਦੂਸਰੀ ਗੱਲ ਸਾਡੇ ਨੁਮਾਇੰਦੇ ਕਿਉਂ ਨਾ ਹੋਣ? ਜੀ। ਕਿਉਂਕਿ 6 ਮਹੀਨੇ ਲਟਕਾ ਕੇ ਫਿਰ 6 ਮਹੀਨੇ ਹੋਰ ਟਾਈਮ ਲੈ ਲੈਣਗੇ। ਉਸ ਤੋਂ ਬਾਅਦ ਜਿਹੜੀ ਚੀਜ਼ ਉਹ ਕਹਿਣਗੇ ਉਸ ਤੋਂ ਬਾਅਦ ਅਸੀਂ ਫੇਰ ਅੰਦੋਲਨ ਕਰਾਂਗੇ ਤੇ ਟਾਈਮ ਲਗਾ ਦਿਓ। ਹੂੰ। ਇਹ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਾਡੇ ਨੁਮਾਇੰਦੇ ਵਿੱਚ ਲੈਣ ਦੀ ਪ੍ਰੋਬਲਮ ਕੀ ਹੈ? ਓਕੇ। ਓਕੇ ਕਹਿੰਦੇ ਕਿ ਮੋ ਜਿਹੜੇ ਚਾਹ ਵੀ ਗੱਲ ਮੈਨੂੰ ਲੱਗਦਾ ਕਿਤੇ ਹੈਗੀ ਜਿਹੜਾ ਆਮ ਤੌਰ ਤੇ ਜਿਹੜਾ ਸਾਡੇ ਦੇਸ਼ ਦੇ ਵਿੱਚ ਲੋਕਾਂ ਦਾ ਐਕਸਪੀਰੀਅੰਸ ਹੈਗਾ। ਕਮਿਸ਼ਨ ਨੂੰ ਬਿਠਾਉਣ ਦਾ ਕਿ ਪਹਿਲਾਂ ਕਮਿਸ਼ਨ ਬੈਠਦਾ ਹੈ ਫਿਰ ਜਦੋਂ ਕਿ ਕੋਈ ਨਦੀ ਐਕਸਟੈਂਸ਼ਨ ਦਾ ਐਕਸਟੈਂਸ਼ਨ ਹੁੰਦੀ ਜਾਂਦੀ ਹੈ ਅਲਟੀਮੇਟਲੀ ਜਿਹੜੇ ਪੰਜ ਸਾਲ ਸੱਤ ਸਾਲ ਨਿਕਲ ਜਾਂਦੇ ਤੇ ਰਿਜ਼ਲਟ ਕੋਈ ਨਹੀਂ ਆਉਂਦਾ ਐਦਾਂ ਦਾ ਵੀ ਕੋਈ ਖਤਸ਼ਾ ਲੱਗਦਾ ਇਹ ਹੀ ਤਾਂ ਕਹਿ ਰਹੇ ਸਿੱਧੂ ਸਾਹਿਬ ਕਿ ਇਹ ਡਿਲੇਟ ਟੈਕਟਿਕਸ ਨੇ ਜੀ ਜਦੋਂ ਕੋਈ ਕੰਮ ਹੋਲਝ ਜਾਂਦਾ ਹੈ ਕਮੇਟੀ ਬਿਠਾ ਦਿਓ ਜੀ ਕਮਿਸ਼ਨ ਬਿਠਾ ਦਿਓ ਜੀ ਔਰ ਉਹਨੂੰ ਫਿਰ ਟਾਈਮ ਦੇਈ ਜਾਓ ਜੀ ਤੇ ਜਿਹੜੀ ਹੈ ਉਨੀ ਦੇਰ ਨੂੰ ਲੋਕਾਂ ਦਾ ਜਿਹੜਾ ਜੋਸ਼ ਠੰਡਾ ਪੈ ਜਾਵੇ ਡਿਲੇ ਕਰ ਦਿਓ ਦਿਸ ਇਜ਼ ਵੈਰੀ ਅਨਫੋਰਚੂਨੇਟ ਜਿਹੜੀ ਸਾਡੀ ਉਹ ਇੱਕ ਕਾਰਨ ਦਾ ਦੱਸਣ ਕਿ ਸਾਡੇ ਨਮਾਇਦੇ ਵਿੱਚ ਕਿਉਂ ਨਾ ਹੋਣ ਇਹ ਗੱਲ ਜੀ ਦੂਸਰੀ ਗੱਲ ਜਿਹੜੀ 5 ਸਾਲ ਵਾਲੀ ਹੈ ਇਹਨਾਂ ਦਾ ਬਿਲਕੁਲ ਬੇਹੂਦਾ ਜਿਹੜਾ ਹੈ ਉਹ ਇਹਨਾਂ ਦੀ ਕਹਿਣਾ ਹੈਗਾ ਕਿਉਂਕਿ ਦੇਖੋ ਸਾਰੇ ਵਿਦੇਸ਼ੀ ਲੋਕ ਬਾਹਰ بیٹھے ਹਨ ਕੰਪਿਊਟਰਾਈਜ਼ ਜੁਗ ਹੈ ਸਾਡੀਆਂ ਸਾਰਿਆਂ ਦੀਆਂ ਪੈਨਸ਼ਨਾਂ ਕੰਪਿਊਟਰਾਈਜ਼ਡ ਨੇ ਤੁਸੀਂ ਮੰਨ ਲਓ ਕਿ 1 ਸਾਲ ਬਾਅਦ ਜਿਹੜਾ ਬੰਦਾ ਰਿਟਾਇਰ ਹੋ ਰਿਹਾ ਹੈ lettes say ਉਹਦੀ ਪੈਨਸ਼ਨ ਮੇਰੇ ਨਾਲੋਂ 500 ਰੁਪਏ ਵਧ ਗਈ ਲੈਟਸ ਸੇ ਉਹ 2.3% ਵਧ ਗਈ ਜੀ ਜੀ ਐਗਜ਼ਾਮਪਲ ਦੇ ਤੌਰ ਤੇ ਵਰਡ ਐਕਸਲ ਤੇ ਜਾਓ ਸਾਡੀ ਸਾਰੀ ਕੰਪਿਊਟਰਾਈਜ਼ ਹੈ 2.3% ਨੂੰ ਮਲਟੀਪਲਾਈ ਕਰੋ ਸਾਰਿਆਂ ਦੇ ਦੂਜੇ ਮਤਲਬ ਉਹਨੂੰ 5 ਸਾਲ ਕਿਉਂ ਡਿਲੇ ਜੀ 5 ਸਾਲ ਚਾਹੀਦੇ ਨੇ ਕਿ ਇੱਕ ਇਹ ਦੂਸਰਾ ਪੁਆਇੰਟ ਇਹ ਹੈ ਜੀ ਜੀ ਓਕੇ ਬ੍ਰਿਗੇਡਰ ਸਾਹਿਬ ਇਹਦੇ ਵਿੱਚ ਇੱਕ ਹੋਰ ਵੀ ਬੜਾ ਐਂਗਲ ਹੈ ਜਿਹੜੀ ਸਾਰੀਆਂ ਐਕਸਰਸਾਈਜ਼ ਹੋਈਆਂ ਇਹ ਵੀ ਲੱਗਿਆ ਕਿ ਕਈ ਵਾਰੀ ਆਮ ਤੌਰ ਤੇ ਜੁ온ਦਾ ਰਹਿ ਕੇ ਪ੍ਰਾਈਮ ਮਿਨਿਸਟਰ ਵੱਲੋਂ ਜਿਹੜਾ ਕੋਈ ਨੁਮਾਇੰਦੇ ਭੇਜੇਗੇ ਗੱਲਬਾਤ ਹੋਈ ਗੱਲਬਾਤ ਟੁੱਟਦੀ ਰਹੀ ਵਿਚਾਰਸਸ ਦਾ ਰੋਲ ਵੀ ਕਿਹਾ ਗਿਆ ਕ੍ਰਿਟੀਕਲ ਤੌਰ ਤੇ ਜੋ ਇਹ ਸਾਰੀ ਗੇਮ ਚੱਲੀ ਉਹਦੇ ਬਾਰੇ ਵੀ ਅਸੀਂ ਆਪਣੇ ਦਰਸ਼ਕਾਂ ਲਈ ਕਮੈਂਟ ਤੁਹਾਡੇ ਕੋਲੋਂ ਲੈਣੇ ਚਾਹਾਂਗੇ ਉਹ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਸੰਘਰਸ਼ ਤੇਜ਼ ਕਰਤਾ ਜੀ ਉਹਦਾ ਪੂਰੇ ਦੇਸ਼ ਪਰਚ ਫੈਲ ਗਿਆ ਹੈ ਕਿ ਫੌਜੀ ਇਸ ਗੱਲੋਂ ਬੜੇ ਦੁਖੀ ਨੇ ਤੇ ਉਹ ਫੀਡਬੈਕ ਤਾਂ ਜਾਣੀ ਚਾਹੀਦੀ ਸੀਗੀ ਉਹ ਗਏ ਵੀ ਉਹ ਦੇਣ ਵਾਲੇ ਕੌਣ ਨੇ ਉਹ ਆਈਜ਼ੈਂਟੀਅਰ ਜਿਹਨਾਂ ਦੇ ਆਰਐਸਐਸ ਹੈ ਉਹਨਾਂ ਵੀ ਜ਼ਰੂਰ ਉਹਨੂੰ ਫੀਡਬੈਕ ਦਿੱਤੀ ਇਹ ਤਾਂ ਥੋੜੀ ਬੜੀ ਸਰਕਾਰ ਨਹੀਂ ਲਿਖੇ ਦੇਖਿਓ ਅਸੀਂ ਤਾਂ ਬਾਰ-ਬਾਰ ਐਲਾਨ ਕੀਤਾ ਜੀ ਕਿ ਅਸੀਂ ਇਹਨਾਂ ਨੂੰ ਲੋਕਤੰਤਰ ਪ੍ਰਣਾਲੀ ਜੀਏ ਫਿਰ ਸਭ ਸੁਖਾਵਾਂਗੇ ਬਿਹਾਰ ਤੋਂ ਸ਼ੁਰੂ ਕਰਕੇ ਤੇ ਅਸੀਂ ਫਿਰ ਪੰਜਾਬ 'ਚ ਵੀ ਆ ਜਣਾ ਇਹ ਫੌਜੀਆ ਤੈਅ ਕਰਤਾ ਮੈਂ ਤੇ ਪਿੰਡਾਂ ਜਾਣਾ ਮੈਂ ਤੇ ਪਿੰਡਾਂ 'ਚ ਰਹਿਣਾ ਮੈਂ ਤੇ ਜਾਂਦਾ ਉਹਨਾਂ ਕੋਲ ਸੋਚਿਆ ਸੁਣਦਾ ਇਹ ਫੈਸਲਾ ਹੋ ਚੁਕਿਆ ਇਹ ਦੋਨੇ ਸਾਬ ਕਾ ਫੌਜੀ ਕਾਫੀ ਗਿਣਤੀ ਚ ਹੈ ਬਹੁਤ ਹੀ ਪਲਸ ਉੱਥੇ ਇਹ ਸਾਰੇ ਦੇਸ਼ ਪਰ 'ਚ ਇਹ ਜਦੋਂ ਕਿਉਂਕਿ ਲਾਗੂ ਸਾਰਿਆਂ ਨੂੰ ਹੈ ਇੱਕ ਜਿਹਨੂੰ ਵੀਰ ਚੱਕਰਾ ਕੱਤਰ ਦੀ ਜੰਗ ਪੈੜ ਦੀ ਜੰਗ 'ਚ ਜਿਨ੍ਹਾਂ ਨੂੰ ਹੁਣ ਮਲਾ ਰਹੇ ਨੇ ਸਵਰਨ ਜੈਤੇ ਤੇ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਉਹ ਤੇ ਜੰਤਰ ਮਤਤ ਤੇ ਬੈਠੇ ਨੇ ਕਹਿੰਦੇ ਸੁਣ ਜੇ ਉਹ ਜਿਹਨਾਂ ਜੰਗਾ ਜਿੱਤੀਆਂ ਇਹ ਕਿਹੜੀ ਸਰਕਾਰ ਇੱਕ ਇਹ ਕਹਿੰਦਾ 1965 ਦੀ ਤੇ ਇਸ ਕਰਕੇ ਜਦੋਂ ਜ਼ੋਰ ਪਿਆ ਇਹ ਸੰ ਇਹ 2800 ਸ਼ੁਰੂ ਹੋਈ ਸਾਡੀ ਇੰਡੀਅਨ ਐਕਸੈਸ ਵਧਾ ਗਿਆ ਵਧਾ ਗਿਆ ਹੁਣ ਜੋ ਮਰਨਵਰ ਤੇ ਆ ਗਏ ਜੀ ਔਰ ਉਹ ਮਰਨਵਰ ਤੋਂ ਛੱਡਣ ਵਾਲੇ ਨਹੀਂ ਸੰ ਉਹ ਤੇ ਹੁਣ ਠੀਕ ਹੈ ਇਹਨਾਂ ਨੇ ਕੋਈ ਫੈਸਲਾ ਕੀਤਾ ਤੇ ਉਹ ਹੋ ਗਿਆ ਤੇ ਭੁਖ ਹੜਤਾਲ ਤੇ ਲਗਾਤਾਰ جاری ਹੈ ਔਰ ਬਲਕੇ ਵਧਦੇ ਜਾ ਰਹੇ ਨੇ ਵਧੇ ਜਾ ਰਹੇ ਨੇ ਹੁਣ ਇਹਨਾਂ ਨੇ ਫੈਸਲਾ ਕੀਤਾ ਸੀ ਕਿ ਇਹ ਸੰਘਰ ਜਾਰੀ ਰਹੇਗਾ ਜਦੋਂ ਤੇ ਕਰ ਇਹ ਸਾਨੂੰ ਕਿਸੇ ਨੋਟੀਫਿਕੇਸ਼ਨ ਦੇਣ ਸਾਨੂੰ ਅਸੀਂ ਉਦਾਂ ਦੇ ਇਸ਼ਾਰਾ ਨਹੀਂ ਕਰਦੇ ਇਸੇ ਕਰਕੇ ਤੇ 73 ਤੋਂ ਲੈ ਕੇ ਸਾਰੇ ਹਾਕਮ ਸਾਡੇ ਨਾਲ ਧੋਖਾ ਹੀ ਕਰਦੇ ਰਹੇ ਜੀ 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 ਕਿਸੇ ਨੇ ਸਾਡੀ ਚੰਗੀ ਸੁਣੀ ਉਹ ਕਿ ਬ੍ਰਿਗੇਡੀਅਰ ਤੁਸੀਂ ਸਾਬਕਾ ਫੌਜੀ ਫਿਰ ਵੀ ਚੌਕੇ 'ਚੋਂ ਇਤੇ ਦੇ ਦੇਸ਼ ਨੇ ਜਿਹੜਾ ਅਨਾਜਾਰੇ ਨੂੰ ਆਪਣੇ ਘਰ ਭੇਜਦਾ ਔਰ ਕੁਝ ਵੀ ਲਾਗੂ ਨਹੀਂ ਹੋਇਆ ਜਿਹੜੇ ਲੋਕਪਾਲ ਦੀ ਗੱਲ ਕਰਦੇ ਸੀ ਮੈਂ ਬ੍ਰਿਗੇਡੀਅਰ ਇਸ ਮੁੱਦੇ ਦੇ ਤੁਹਾਡੇ ਕੋਲ ਸਪੈਸੀਫਿਕ ਜਾਨਣਾ ਚਾਹੁੰਦਾ ਹੈ ਪੋਲੀਟਿਕਲ ਇਸ਼ੂਜ਼ ਤੋਂ ਲੈ ਕੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਦਾਂ ਭਰੋਸਾ ਨਹੀਂ ਕਰ ਸਕਦੇ ਇਹ ਵੀ ਗੱਲ ਹੈ ਕਿ ਕੁਐਸਚਨ ਹੈ ਬੜਾ ਹੜਾ ਹੁੰਦਾ ਹੈ ਕਿ ਵੀ ਅਸਲੇ ਮੋਦੀ ਸਰਕਾਰ ਉਹ ਕਹਿੰਦੀ ਅਸੀਂ ਤਾਂ ਕੀਤਾ ਕਾਂਗਰਸ ਲੰਬਾ ਸਮਾਂ ਪਾਵਰ ਦੇ ਵਿੱਚ ਰਹੀ ਉਹਨਾਂ ਨੇ ਕਿਉਂ ਨਹੀਂ ਕੀਤਾ ਅ ਇਸ ਗੱਲ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਦੁਨੀਆ ਦੇ ਇਤਿਹਾਸ ਵਿੱਚ ਅੱਜ ਤੱਕ ਕਦੇ ਨਹੀਂ ਹੋਇਆ ਕਿ ਕਿਸੇ ਫੌਜ ਦੇ ਫੌਜੀਆ ਨੂੰ ਸਿਪਾਈ ਤੱਕੇ ਮਾਰਨ ਜੀ ਜੀ ਜੋ 14 ਅਗਸਤ ਨੂੰ ਸ਼ਰਮਨਾਕ ਗੱਲ ਇਸ ਮੁਲਕ ਦੇ ਇਤਿਹਾਸ ਵਿੱਚ ਲਿਖੀ ਗਈ ਕਾਲੇ ਅੱਖਰਾਂ ਨਾਲ ਉਹ ਮੰਦਭਾਗੀ ਕਰਨਾ ਔਰ ਇਸ ਗੱਲ ਦਾ ਅਸਰ ਭਾਜਪੀ ਨੂੰ ਬਿਹਾਰ ਚ ਭੁਗਤਣਾ ਪੈਣਾ ਇਸ ਵੇਲੇ ਇਸ਼ੂ ਪੈਨਸ਼ਨ ਦਾ ਜਾਂ ਪੈਸਿਆਂ ਦਾ ਨਹੀਂ ਰਿਹਾ ਸਾਡੀ ਇੱਜ਼ਤ ਦੇ ਉੱਤੇ ਸਾਡੀ ਆਨ ਦੇ ਉੱਤੇ ਬਾਣ ਦੇ ਉੱਤੇ ਸ਼ਾਨ ਦੇ ਉੱਤੇ ਜਿਹੜਾ ਉਸ ਦਿਨ ਇਹਨਾਂ ਨੇ ਧੱਕਾ ਲਗਾਇਆ ਉਹ ਨਾ ਕਾਬਲੇ ਮਾਫੀ ਹੈ ਪਹਿਲੀ ਗੱਲ ਓਕੇ ਪਰ ਜਿਹੜਾ politcal issue ਤੇ ਮੈਂ ਗੱਲ ਕਰਦਾ ਕਿ ਜਿਹੜੀ ruling group ਐ ਉਹ ਇਸ ਤਰ੍ਹਾਂ ਰੂਡੀਆਂ ਦੇ ਅਟੈਕ ਕਰਦਾ ਹੈ ਕਿ ਵੀ ਅਸੀਂ ਤੇ ਲਾਗੂ ਕੀਤਾ ਹੈ ਹਾਂਜੀ ਉਹ ਕਹਿੰਦੀ ਅਸੀਂ ਲਾਗੂ ਕੀਤਾ ਕਾਂਗਰਸ ਨੇ ਨਹੀਂ ਪਹਿਲਾਂ ਲਾਗੂ ਕੀਤਾ ਮੈਂ ਇਸ ਗੱਲ ਦੇ ਉੱਤੇ ਆਪਾਂ ਜਿਹੜਾ ਹੈ ਕਈ ਵਾਰ ਡਿਸਕਸ ਕਰ ਚੁੱਕੇ ਹਾਂ ਤੁਹਾਡੇ ਚੈਨਲ ਤੋਂ ਮੈਂ ਕਈ ਵਾਰੀ ਦੱਸ ਚੁੱਕਾ ਹੈ ਕਿ ਕਾਂਗਰਸ ਨੇ ਦਾਅਵਾ ਕਰਦੇ ਕਿ ਅਸੀਂ ਇੰਪਲੀਮੈਂਟ ਕਰਕੇ ਦਿਖਾਇਆ ਹੈ ਇਹਨਾਂ ਨੇ ਇਹਨਾਂ ਨਾਲ ਕੀ ਹੋਇਆ ਸਰ ਪੰਜਾਬੀ ਚ ਘਾਵਤ ਹੈ 100 ਗੰਡੇ ਵੀ ਖਾਦੇ 176 ਵੀ ਖਾਦੇ ਤੇ 100 ਰੁਪਏ ਜੁਰਮਾਨਾ ਵੀ ਦੇਣਾ ਪਿਆ ਜੀ ਜੀ ਰਾਈਟ ਇਹਨਾਂ ਨੇ ਮਜਬੂਰੀ ਵਸ ਕੀਤਾ ਜਦੋਂ ਹੁਣ ਤੁਸੀਂ ਪਰਸੋਂ ਪਠਾਨਕੋਟ ਟ੍ਰੇਨ ਰੋਕ ਲਈ ਜਦੋਂ ਫੌਜੀਆ ਤੇ ਸੜਕਾਂ ਤੇ ਆ ਕੇ ਰਸਤੇ ਰੋਕਣ ਲੱਗ ਪਏ ਟ੍ਰੇਨਾਂ ਰੋਕਣ ਲੱਗ ਪਏ ਆਪਣੀਆਂ ਸ਼ਾਦਾ ਦੇਣ ਨੂੰ ਉੱਥੇ ਜਿਹੜੇ ਲੋਕੀ ਤੁਸੀਂ ਦੇਖਿਆ ਕਰਨਲ ਪਸ਼ਵਿੰਦਰ ਜੀ ਜੀ ਉਹਨਰ ਹਸਪੀਟਲ ਲੈ ਗਏ ਉਹ ਵਾਪਸ ਆ ਕੇ ਫੇਰ ਬਰਨਵਰ ਤੇ ਬੈਠ ਗਏ ਰਾਈਟ ਔਰ ਉਹਦੀ ਬੇਟੀ ਕੀ ਕਹਿੰਦੀ ਕਿ ਮਾਨ ਹੈ ਸਾਡਾ ਬੇਟੀਆਂ ਜਿਹੜੀਆਂ ਆਪਣੇ ਪਿਤਾ ਦੀ ਕੁਰਬਾਨੀ ਦੇਣ ਨੂੰ ਤਿਆਰ ਹੋ ਗਈਆਂ ਇਸ ਮਿਨਿਸਟਰ ਦੀ ਬੇਟੀ ਵੀ ਬੈਠੀ ਆ ਕੇ ਧਰਨੇ ਤੇ ਉਹਦੇ ਤੋਂ ਕੋਈ ਸ਼ੱਕ ਨਹੀਂ ਜਦੋਂ ਉਹ ਘਰ ਘਰ ਤੱਕ ਆਵਾਜ਼ ਪਹੁੰਚ ਗਈ ਔਰ ਜਿਹੜੀ ਤੇਜ਼ੀ ਨਾਲ ਫੈਲ ਰਹੀ ਹੈ ਔਰ ਜੋ 14 ਅਗਸਤ ਦਾ ਐਕਸ਼ਨ ਦਾ ਲੋਕਾਂ ਤੇ ਅਸਰ ਹੋਇਆ ਉਸ ਨੇ ਇਹਨਾਂ ਦੀਆਂ ਲੱਤਾਂ ਕੰਬੜੀਆਂ ਲਾਤੀਆਂ ਔਰ ਇਹਨਾਂ ਨੇ ਸਾਡੇ ਤੋਂ ਕੋਈ ਅਸਹਾਰ ਨਹੀਂ ਕੀਤਾ ਅਸੀਂ ਕੋਈ ਪੀਕ ਨਹੀਂ ਮੰਗਦੇ ਅਸੀਂ ਆਪਣਾ ਹੱਕ ਮੰਗਦੇ ਸੀ ਔਰ ਉਹ ਵੀ ਇਹ ਰੋ ਰੋ ਕੇ ਦਿੰਦੇ ਓਕੇ ਓਕੇ ਉਸ ਹੱਕ ਦੇ ਉੱਤੇ ਤੁਸੀਂ ਖੜੇ ਹੋ ਬ੍ਰਿਗੇਡੀਅਰ ਸਾਹਿਬ ਇੱਕ ਗੱਲ ਬੜੀ ਹੋਰ ਵੀ ਜਿਹੜੀ ਸਾਰੇ ਇਸ਼ੂਜ਼ ਚ ਉੱਪਰ ਕੇ ਸਾਹਮਣੇ ਆਉਂਦੀ ਹੈ ਉਹ ਜਵਾਨ ਹੈਗੇ ਸਭ ਤੋਂ ਜੇ ਤਰਸਯੋਗ ਹਾਲਤ ਹੈ ਤਾਂ ਉਹਨਾਂ ਜਵਾਨਾਂ ਦੀ ਹੈ ਉਹਨਾਂ ਨੂੰ ਥੋੜਾ ਜਿਹਾ ਇਹ ਸਾਰੀ ਮੱਦੇ ਨਜ਼ਰ ਕਿੰਨਾ ਕੁ ਫੋਕਸ ਰੱਖਿਆ ਜਾ ਰਿਹਾ ਹੈ ਕਿ ਅਗਰ ਕੋਈ ਬੈਨੀਫਿਟ ਮਿਲਦੇ ਤਾਂ ਜਵਾਨ ਕਿੱਥੇ ਸਟੈਂਡ ਕਰ ਜਵਾਨੋਂ ਤੋਂ ਲੈ ਕੇ ਜਨਰਲ ਤੇ ਕਰ ਸਾਰਿਆਂ ਨੂੰ ਪੈਨਸ਼ਨ ਦਾ ਆਪਣੇ ਸਕੇਲ ਦੇ ਹਿਸਾਬ ਨਾਲ ਟਰੇਡ ਦੇ ਹਿਸਾਬ ਨਾਲ ਸਰਵਿਸ ਦੇ ਹਿਸਾਬ ਨਾਲ ਫਾਇਦਾ ਹੋਏਗਾ ਪਰ ਉਹਨਾਂ ਦੀ ਇਹ ਦੁੱਖ ਤੇ ਉਹਨਾਂ ਦੇ ਬਹੁਤ ਸਾਰੇ ਦੁਖੜੇ ਨੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਦਾ ਮੌਕਾ ਸਰਕਾਰੀ ਤੌਰ ਤੇ ਮਿਲਣਾ ਚਾਹੀਦਾ ਜਿਹੜਾ ਕਿ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਿ ਨਹੀਂ ਦਿੱਤਾ ਜਾ ਰਿਹਾ ਹੁਣ ਖੱਜਲ ਖਵਰੀ ਕਿਤੇ ਕੋਈ ਸਕਿਉਰਿਟੀ ਗਾਰਡ ਬੈਠਾ ਕਿਤੇ ਕੁਝ ਬੈਠਾ ਔਰ ਉਸ ਤੋਂ ਵੀ ਜ਼ਿਆਦਾ ਵਿਦਵਾਵਾਂ ਨੇ ਜਿਹਨਾਂ ਨੂੰ 3500 ਰੁਪਏ ਫਿਲਹਾਲ ਮਿਲਦੇ ਆ ਉਹ ਕਿਦਾਂ ਗੁਜ਼ਾਰਾ ਕਰਨਗੇ ਜੀ ਜੀ ਜਿਹਦੇ ਪਤੀ ਚਲਾ ਗਿਆ ਸੁਆਗ ਚਲਾ ਗਿਆ ਉਹ ਬੱਚੇ ਛੋਟੇ ਛੋਟੇ ਨੇ ਪਾਲਨੇ ਨੇ ਉਹ ਕਿਦਾਂ ਵਿਚਾਰੇ ਗੁਜ਼ਾਰਾ ਕਰਨਗੇ ਇਸ ਵਾਸਤੇ ਉਹ ਨਾ ਤੋਂ ਸ਼ੁਰੂ ਕਰਕੇ ਮੈਂ ਆਉਣਾ ਤੁਹਾਡੇ ਵੱਲ ਬ੍ਰਿਗੇਡ ਸਰ ਹਾਂ ਤੁਸੀਂ ਆਪਣੀ ਗੱਲ ਕੰਪਲੀਟ ਕਰੋ ਇਸ ਵਾਸਤੇ ਉਹਨਾਂ ਨੂੰ ਤੁਸੀਂ ਪੁੱਛਿਆ ਕਿੰਨਾ ਕੁ ਫਾਇਦਾ ਹੈ ਦਾਦੇ ਹੋਏਗਾ ਉਹ ਚ ਕੋਈ ਸ਼ੱਕ ਨਹੀਂ ਕਿ 4000 5000 6000 ਜਿੰਨਾ ਕਿ ਕਿਉਂਕਿ ਜਵਾਨਾਂ ਦੀ ਜਿਹੜੀ ਹਾਲਤ ਕਿਹਾ ਜਾ ਰਹੀ ਹੈ ਕਿ ਬਹੁਤ ਜ਼ਿਆਦਾ ਤਰਸ ਲਾਲੇ ਫਿਰ ਗੱਲ ਵੀ ਜਿਹੜਾ ਬਜਟ ਦੀ ਗੱਲ ਕਰਦੇ ਨਾ ਬਈ ਨੋਤੇ ਹੁਣ ਕੱਲ ਹਲੇ ਅੱਜ ਟੈਲੀਫੋਨ ਆਏ ਨੇ ਕਿ 87 ਸਾਲ ਮੇਰੀ ਉਮਰ ਹੈ ਬਿਗੜੀ ਸਰ ਲਾਗੂ ਕਦੋਂ ਹੋਏਗਾ ਤੇ ਸਾਡੇ ਕੋ ਪਤਾ ਨਹੀਂ ਕਦੋਂ ਸਹੀ ਚੱਲ ਜਾਣਾ ਤੇ ਸੰਤ ਉਹ ਕਿ ਉਹ ਕੇ ਸਾਨੂੰ ਬਿਗੜੀ ਸਰ ਸਮਾਂ ਵੀ ਬੜਾ ਕੱਟਿਆ ਇੱਕ ਬੜਾ ਇੰਪੋਰਟੈਂਟ ਕੁਐਸਚਨ ਜਿਹੜਾ ਇਹਨਾਂ ਨੇ ਵੀ ਰੇਸ ਕੀਤਾ ਉਹ ਇਹ ਹੈ ਕਿ ਜਦੋਂ ਜਵਾਨ ਜਿਹੜੇ ਹੈਗੇ 15 20 ਸਾਲ ਦੀ ਜੌਬ ਕਰਨ ਤੋਂ ਬਾਅਦ ਵਾਪਸ ਆ ਜਾਂਦੇ ਆ ਉਹ ਛੋਟੀਆਂ ਮੋਟੀਆਂ ਜੌਬ ਦੇ ਚ ਪੈਂਦੇ ਆ ਉਹਨਾਂ ਦੇ ਮੋੜ ਬਸੇਬੇ ਦਾ ਜਾਂ ਮੋੜ ਜੌਬ ਤੇ ਜਾਂਦਾ ਇੱਕ ਬੜੀ ਵੱਡੀ ਸਮੱਸਿਆ ਹੈ ਉਹ ਆਮ ਕਿਦਰੇ ਕੰਮ ਕਰਨ ਜੋਗੇ ਰਹਿੰਦੇ ਨਹੀਂ ਫੌਜ ਚੋਂ ਵਾਪਸ ਆ ਜਾਂਦੇ ਆ ਉਹ ਜਿਹੜੀ ਦੁਰਦਸ਼ਾ ਉਹਦੇ ਬਾਰੇ ਤੁਹਾਡੇ ਕੀ ਕਮੈਂਟ ਹੈ ਕਿ ਕੀ ਆਖਰ ਸਰਕਾਰ ਨੂੰ ਓਵਰঅল 뷰 ਲੈਣਾ ਚਾਹੀਦਾ ਜੀ ਜੀ ਮੇਰਾ ਖਿਆਲ ਹੈ ਇਹ ਨੇਸ਼ਨ ਨੂੰ ਇਸ ਮੁਲਕ ਨੂੰ ਅਸੀਂ ਕੀ ਕਹਿੰਦੇ ਆ ਸਾਡਾ ਅਸੂਲ ਕੀ ਹੈ ਕਿ ਆਰਮੀ ਯੰਗ ਰਹਿਣੀ ਚਾਹੀਦੀ ਜੀ ਜੀ ਇਸੇ ਕਰਕੇ 15 ਸਾਲ ਬਾਅਦ 20 ਸਾਲ ਬਾਅਦ 25 ਸਾਲ ਬਾਅਦ ਕਰਦੇ ਹੁਣ ਬੁੱਢੇ 60 ਸਾਲ ਦੇ ਬੁੱਢਿਆਂ ਨੇ ਤੇ ਜਾ ਕੇ ਲੜਾਈ ਨਹੀਂ ਲੜਨੀ ਜੀ 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 ਪਰ ਜੇ ਤੁਸੀਂ ਉਸ ਜਵਾਨ ਬੱਚੇ ਨੂੰ ਜਿਹੜਾ 30 ਸਾਲ 35 ਸਾਲ ਦਾ ਹੈ ਉਹਨੂੰ ਘਰ ਭੇਜ ਦਿੰਦੇ ਹੋ ਜਦੋਂ ਉਹ ਜਵਾਨੀ ਚ ਹੈ ਤੇ ਉਹਦੀ ਰੀਹੈਬਿਲੀਟੇਸ਼ਨ ਦੀ ਜ਼ਿੰਮੇਵਾਰੀ ਤੇ ਸਰਕਾਰ ਦੀ ਹੈ ਓਕੇ ਓਕੇ ਇੱਕ ਮਿੰਟ ਮੇਰੀ ਗੱਲ ਸੁਣੋ ਓਕੇ ਕੈਨਸਰ ਟਾਈਮ ਇਜ਼ਰਾਈਲ ਬਾਕੀ ਸਾਰੀ ਦੁਨੀਆ ਅਮਰੀਕਾ ਦੇ ਵਿੱਚ ਕਿੰਨੇ ਰਾਸ਼ਟਰਪਤੀ ਦੇ ਇਹੋ ਕਾਜੀ ਬੜੇ ਜੀ ਜੀ ਥੈਂਕ ਯੂ ਆਖਰੀ ਬਿਲਕੁਲ ਲਾਸਟ ਮੈਂ ਲਾਸਟ ਮੈਂ ਲਾਸਟ ਮਿੰਟ ਇਹ ਹੋਈ ਹੈ ਕਿ ਸਤਵਾਂ ਵੇਤਨ ਕਮਿਸ਼ਨ ਆਉਣ ਵਾਲਾ ਹੈ ਜੀ ਸਰਕਾਰ ਨੂੰ ਚਾਹੀਦਾ ਸਤਵਾਂ ਵੇਤਨ ਕਮਿਸ਼ਨ ਦੇ ਇੱਕ ਵਿੱਚ ਹਾਲੇ ਵੀ ਮੈਂਬਰ ਸਾਡਾ ਭੇਜ ਦੇਣ ਜੀ ਜੀ ਤੇ ਉਹ ਜਿਹੜੀਆਂ ਸਰਵਿਸ ਕੰਡੀਸ਼ਨ ਉਹਨਾਂ ਨੂੰ ਵਿਚਾਰਦਿਆਂ ਹੋਇਆ ਮੋੜ ਵਸੇਬੇ ਦਾ ਪੱਕਾ ਇਹਨਾਂ ਨੂੰ ਯਕੀਨ ਦਿਵਾਇਆ ਜਾਣਾ ਚਾਹੀਦਾ ਉਹਨਾਂ ਦਾ ਜੀਐਸਓ ਦਾ ਖਾਸ ਜੀ ਜੀ ਪੱਕੀ ਉਹਨਾਂ ਨੂੰ ਅਸ਼ੋਰਾਂ ਦਿੱਤੀ ਜਾਏ ਕਿ ਨੌਕਰੀ ਮਿਲੇਗੀ ਦੁਬਾਰਾ ਓਕੇ ਓਕੇ ਬ੍ਰਿਗੇਡ ਸਰ ਥੈਂਕ ਯੂ ਵੈਰੀ ਮਚ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਵਨ ਰੈਂਕ ਵਨ ਪੈਨਸ਼ਨ ਦੇ ਮੁੱਦੇ ਤੇ ਚਰਚਾ ਕੀਤੀ ਹੈ ਇਹਦੇ ਬਾਰੇ ਸਮੁੱਚੇ ਦੇ ਚਾਹੇ ਇਲੈਕਟ੍ਰੋਨਿਕ ਚੈਨਲ ਹੈ ਚਾਹੇ ਪ੍ਰਿੰਟ ਮੀਡੀਆ ਹੈ ਚਾਹੇ ਪੋਲੀਟੀਕਲ ਪਾਰਟੀ ਤੇ ਸਮਾਜ ਦੇ ਵਕ ਵਕ ਹੰਗ ਹੈ ਸਭ ਦੀ ਇੱਕ ਰਹਿ ਹੈ ਕਿ ਸਾਬਕਾ ਫੌਜੀਆਂ ਦਾ ਜਿਹੜਾ ਮੁੱਦਾ ਹੈਗਾ ਉਹ ਫੌਰੀ ਤੌਰ ਤੇ ਨਿਪਟਾਇਆ ਜਾਣਾ ਚਾਹੀਦਾ ਜਿੱਦਾਂ ਸਾਡੇ ਪੈਨਲ ਦੀ ਡਿਸਕਸ਼ਨ 'ਚ ਵੀ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਜੇ ਜੁਡੀਸ਼ੀਅਲ ਕਮਿਸ਼ਨ ਵੀ ਬਿਠਾਇਆ ਗਿਆ ਤਾਂ ਉਸ ਕਮਿਸ਼ਨ ਦੀ ਹਾਲਤ ਉਹ ਨਹੀਂ ਹੋਣੀ ਚਾਹੀਦੀ ਜਿੱਦਾਂ ਸਾਡੇ ਦੇਸ਼ ਦੇ ਵਿੱਚ ਕਮਿਸ਼ਨ ਬੈਠਦਾ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਐਕਸਟੈਂਸ਼ਨਾਂ ਹੁੰਦੀਆਂ ਰਹਿੰਦੀਆਂ ਸਾਰਿਆਂ ਦੀ ਇੱਛਾ ਹੈ ਕਿ ਸਾਬਕਾ ਫੌਜੀਆਂ ਲਈ ਇਹੋ ਜਿਹੇ ਹਾਲਾਤ ਨਹੀਂ ਪੈਦਾ ਹੋਣੇ ਚਾਹੀਦੇ ਕਿ ਉਹ ਮੋੜ ਸੜਕਾਂ ਤੇ ਜਾਣ ਕਿਉਂਕਿ ਜੇ ਫੌਜੀਆਂ ਦਾ ਸਤਕਾਰ ਹੈ ਤਾਂ ਦੇਸ਼ ਦਾ ਸਤਕਾਰ ਹੈ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਚ ਹੋਣ ਦੇ ਲਈ ਮੈਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਔਰ ਇਸ ਪ੍ਰੋਗਰਾਮ ਬਾਰੇ ਕੋਈ ਵੀ رائے ਦੇਣ ਵਾਸਤੇ ਦਰਸ਼ਕਾਂ ਲਈ ਸਾਡਾ ਪਤਾ ਜਗਤਾਰ ਸਿੱਧੂ @globalpunjabtv.com thank <laughs>